ਸੈਟੇਲਾਈਟ ਸਪਿਨਰ ਸਭ ਤੋਂ ਸੋਹਣਾ ਘੁੰਮਣ ਵਾਲਾ ਖਿਡੌਣਾ ਹੈ। ਤੁਹਾਨੂੰ ਇੱਕ ਪਲਾਸਟਿਕ ਦਾ ਪੈਨ ਚਾਹੀਦਾ ਹੈ ਅਤੇ ਉਸ ਦਾ ਢੱਕਣ ਅਤੇ ਇੱਕ ਸੈਟੇਲਾਈਟ ਜੋ ਕਿ ਇੱਕ ਰਬੜ, ਦੋ ਆਈਸਕ੍ਰੀਮ ਸਟਿਕਸ ਅਤੇ ਫੋਇਲ ਪੇਪਰ ਤੋਂ ਬਣਿਆ ਹੈ ਜੋ ਪੈਨ ਨਾਲ ਜੋੜ ਸਕਾਂਗੇ। ਪੈਨ ਦੇ ਢੱਕਣ ਦੇ ਕਲਿੱਪ ਨੂੰ ਚੁੱਕੋ ਅਤੇ ਐਕਿਊਟ ਐਂਗਲ 'ਤੇ ਕੋਣ 'ਤੇ ਆਪਣੀ ਉਂਗਲ ਉੱਪਰ ਰੱਖੋ, ਉਸ ਨੂੰ ਗੋਲ ਗੋਲ ਘੁਮਾਓ। ਤੁਹਾਡੇ ਹੈਰਾਨੀ ਨੂੰ ਪੈਨ ਬਹੁਤ ਹੀ ਆਸਾਨੀ ਨਾਲ ਘੁੰਮੇਗਾ। ਹੁਣ ਸੈਟੇਲਾਈਟ ਨੂੰ ਕਲਮ ਦੀ ਗਲੀ ਵਿੱਚ ਫਸਾ ਦਿਓ, ਫਿਰ ਕਲਮ ਦੇ ਕਲਿੱਪ ਨੂੰ ਆਪਣੀ ਉਂਗਲ 'ਤੇ ਰੱਖੋ ਅਤੇ ਘੁਮਾਓ। ਇਹ ਦੁਬਾਰਾ ਇੱਕ ਉਪਗ੍ਰਹਿ ਅੰਤਰਿਕਸ਼ ਵਿੱਚ ਘੁੰਮਦਾ ਲੱਗੇਗਾ, ਬਹੁਤ ਹੀ ਮਜ਼ੇਦਾਰ ਲੱਗੇਗਾ।